जहाँ बरकतें मिलती हैं, जहाँ बरकतें मिलती हैं, आओ खुदावंद के घर चले। जहाँ नेमतें मिलती हैं, जहाँ नेमतें मिलती हैं, आओ खुदावंद के घर चले, आओ खुदावन के घर चले। मैंने ढूंढा ये सारा जहां, तेरे जैसा न कोई मिला। जैसे तूने किया है शमा, तेरे जैसा न कोई मिला। मैंने ढूंढा ये सारा जहां, तेरे जैसा ना कोई मिला। जैसे तूने किया है शमा, तेरे जैसा ना कोई मिला। पापों का था कर्ज मुझ पर जो भारी, दुखों में जिंदगी गुजारी थी सारी। मेरे गुनाहों से मुझको बचाने तूने यीशु अपनी जिंदगी थी बाहरी। पापों का था कर्ज मुझ पर जो भारी, दुखों में जिंदगी गुजारी थी सारी। मेरे गुनाहों से मुझको बचाने तूने खुदा अपनी जिंदगी है वारी। तूने कर दी है कीमत अदा, तेरे जैसा न कोई मिला। मैंने ढूंढा ये सारा जहां, तेरे जैसा ना कोई मिला। आ तेरे जैसा ना कोई मिला, तेरे जैसा ना कोई मिला। ऐ प्रभु दे स्वर्ग दो तो उसनु धन कहो, उस दी स्तुति करो अते सदा तीकर उस दी महिमा गावो।
ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪਰਮੇਸ਼ਵਰ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੇ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾ ਤੇ ਭੈਣੋ, ਅੱਜ ਅਸੀਂ ਪਾਕ ਨਿਗਾਹਬਾਨ ਫਰਿਸ਼ਤੇ ਦੀ ਯਾਦਗਾਰੀ ਮਨਾਉਂਦੇ ਹਾਂ। ਖੁਦਾ ਬਾਪ ਨੇ ਮਨੁੱਖ ਜਾਤੀ ਨੂੰ ਬਣਾਉਣ ਤੋਂ ਪਹਿਲਾਂ ਹੀ ਉਹਨਾਂ ਦੇ ਲਈ ਇੱਕ ਫਰਿਸ਼ਤਾ ਹੁੰਦਾ ਹੈ ਜੋ ਕਿ ਹਰ ਇੱਕ ਇਨਸਾਨ ਦੀ ਰੱਖਿਆ ਕਰਦੇ ਹਨ, ਉਹਨਾਂ ਦੀ ਅਗਵਾਈ ਕਰਦੇ ਹਨ, ਉਹਨਾਂ ਨੂੰ ਪਵਿੱਤਰ ਜੀਵਨ ਬਿਤਾਉਣ ਦੇ ਲਈ ਮਦਦ ਕਰਦੇ ਹਨ। ਮਸੀਹ ਵਿੱਚ ਪਿਆਰੇ ਭਰਾ ਤੇ ਭੈਣੋ, ਅੱਜ ਦੇ ਪਹਿਲੇ ਪਾਠ ਵਿੱਚ ਅਸੀਂ ਸੁਣਾਂਗੇ, ਖੁਦਾ ਦਾ ਵਚਨ ਕਹਿੰਦਾ ਹੈ ਕਿ ਮੈਂ ਤੁਹਾਡੇ ਅੱਗੇ ਅੱਗੇ ਚਲਾਂਗਾ ਅਤੇ ਖੁਦਾ ਨਬੀਆਂ ਦੇ ਰੂਪ ਵਿੱਚ ਇਜ਼ਰਾਈਲੀ ਲੋਕਾਂ ਦੀ ਅਗਵਾਈ ਕਰ ਰਿਹਾ ਸੀ। ਅਤੇ ਮਸੀਹ ਵਿੱਚ ਪਿਆਰੇ ਭਰਾ ਤੇ ਭੈਣੋ, ਅਸੀਂ ਸਾਰਿਆਂ ਦੇ ਲਈ ਵੀ ਖੁਦਾ ਬਾਪ ਨੇ ਅਗਵਾ ਨੂੰ ਭੇਜਦਾ ਹੈ ਜੋ ਸਾਡੀ ਅਗਵਾਈ ਕਰਦੇ ਹਨ, ਲੇਕਿਨ ਜੇਕਰ ਅਸੀਂ ਉਹਨਾਂ ਦੀ ਗੱਲ ਨੂੰ ਨਹੀਂ ਸੁਣਦੇ ਹਾਂ, ਉਹਨਾਂ ਦੇ ਮੁਤਾਬਿਕ ਨਹੀਂ ਚੱਲਦੇ ਹਾਂ, ਤਾਂ ਅਸੀਂ ਸਵਰਗ ਰਾਜ ਵਿੱਚ ਦਾਖਲ ਨਹੀਂ ਹੋਵਾਂਗੇ। ਅਸੀਂ ਪਾਪ ਦੇ ਜੀਵਨ ਬਿਤਾਵਾਂਗੇ ਜੋ ਕਿ ਖੁਦਾ ਬਾਪ ਨੂੰ ਪਸੰਦ ਨਹੀਂ ਹੈ, ਕਿਉਂਕਿ ਖੁਦਾ ਜੋ ਪਵਿੱਤਰ ਹੈ ਅਸੀਂ ਸਾਰਿਆਂ ਨੂੰ ਪਵਿੱਤਰ ਜੀਵਨ ਬਿਤਾਉਣ ਦੇ ਲਈ ਫਰਿਸ਼ਤਿਆਂ ਨੂੰ ਭੇਜਦਾ ਹੈ। ਇਸ ਲਈ ਮਸੀਹ ਵਿੱਚ ਪਿਆਰੇ ਭਰਾ ਤੇ ਭੈਣੋ, ਅਸੀਂ ਮਨੁੱਖ ਜਾਤੀ ਪਾਪ ਕਰਦੇ ਹਾਂ, ਗੁਨਾਹ ਕਰਦੇ ਹਾਂ, ਆਓ ਅਸੀਂ ਖੁਦਾ ਬਾਪ ਕੋਲੋਂ ਮਾਫ਼ੀ ਮੰਗੀਏ ਕਿ ਅਸੀਂ ਇਹ ਪਾਕ ਕੁਰਬਾਨੀ ਸਹੀ ਅਤੇ ਯੋਗ ਢੰਗ ਨਾਲ ਚੜ੍ਹਾ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਪ੍ਰਾਉਤ ਪੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਮ, ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ ਸਾਡੇ ਖੁਦਾ, ਤੂੰ ਆਪਣੀ ਬੇਅੰਤ ਦਇਆ ਦ੍ਰਿਸ਼ਟੀ ਨਾਲ ਸਵਰਗ ਤੋਂ ਆਪਣੇ ਫਰਿਸ਼ਤਿਆਂ ਨੂੰ ਖਲ ਕੇ ਸਾਡੀ ਨਿਗਾਹਬਾਨੀ ਅਤੇ ਰੱਖਿਆ ਕਰਦਾ ਹੈ। ਬਖਸ਼ਦੇ ਕਿ ਜ਼ਿੰਦਗੀ ਦੇ ਸਫ਼ਰ ਦੌਰਾਨ ਅਸੀਂ ਸਦਾ ਉਹਨਾਂ ਦੀ ਅਗਵਾਈ ਵਿੱਚ ਰਹੀਏ ਅਤੇ ਉਹਨਾਂ ਤੋਂ ਮਦਦ ਪਾਉਂਦੇ ਰਹੀਏ, ਤਾਂ ਜੋ ਉਹਨਾਂ ਨਾਲ ਅਸੀਂ ਸਦੀਵੀ ਖੁਸ਼ੀ ਵਿੱਚ ਸ਼ਾਮਿਲ ਹੋਈਏ। ਸਾਡੇ ਪਰਮੇਸ਼ੁਰ ਮਸੀਹ, ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ, ਕੂਚ ਦਾ ਗ੍ਰੰਥ, ਉਸਦਾ 23 ਬਾਪ 20 ਤੋਂ 23 ਆਇਤ। ਮੈਂ ਤੁਹਾਡੇ ਅੱਗੇ ਅੱਗੇ ਇੱਕ ਸਵਰਗਦੂਤ ਕੱਲਾਂਗਾ ਜੋ ਤੁਹਾਡੀ ਯਾਤਰਾ ਵਿੱਚ ਤੁਹਾਡੀ ਅਗਵਾਈ ਕਰੇਗਾ ਅਤੇ ਤੁਹਾਨੂੰ ਉਸ ਧਰਤੀ 'ਤੇ ਲੈ ਜਾਵੇਗਾ ਜੋ ਮੈਂ ਤੁਹਾਡੇ ਲਈ ਤਿਆਰ ਕੀਤੀ ਹੈ। ਤੁਸੀਂ ਉਸ ਦੀ ਆਗਿਆ ਮੰਨਣਾ
ਅਤੇ ਉਸ ਦੀ ਕਿਸੇ ਗੱਲ ਲਈ ਵਿਰੋਧ ਨਾ ਕਰਨਾ। ਉਹ ਮੇਰਾ ਕੱਲਿਆ ਹੋਇਆ ਹੈ, ਉਹ ਤੁਹਾਡੇ ਕਿਸੇ ਅਪਰਾਧ ਨੂੰ ਮਾਫ਼ ਨਹੀਂ ਕਰੇਗਾ। ਪਰ ਜੇਕਰ ਤੁਸੀਂ ਉਸ ਦੀ ਆਗਿਆ ਮੰਨੋਗੇ ਤਾਂ ਮੈਂ ਤੁਹਾਡੇ ਵੈਰੀਆਂ ਨਾਲ ਵੈਰ ਕਰਾਂਗਾ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧ। ਜਦੋਂ ਮੇਰਾ ਸਵਰਗਦੂਤ ਤੁਹਾਨੂੰ ਅਮੋਰੀਆ, ਹਿਤੀਆ, ਫਰੀਜੀਆਂ, ਕਨਾਨੀਆਂ, ਹਿਵੀਆਂ ਅਤੇ ਜਬੂਸੀਆਂ ਦੀ ਧਰਤੀ 'ਤੇ ਲੈ ਜਾਵੇਗਾ ਤਾਂ ਮੈਂ ਤੁਹਾਨੂੰ ਸਭ ਨੂੰ ਨਾਸ਼ ਕਰ ਦੇਵਾਂਗਾ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਹਰੀਆਂ ਹਰੀਆਂ ਚਰਗਾਹਾਂ ਵਿੱਚ ਮੈਨੂੰ ਬਿਠਾਉਂਦਾ, ਮਿੱਠੇ ਮਿੱਠੇ ਪਾਣੀ ਦੇ ਕੋਲ ਮੈਨੂੰ ਲੈ ਜਾਂਦਾ, ਖੁਦਾਵੰਦ ਆਪ ਹੈ ਮੇਰਾ ਯਾਹਨੀ, ਕਿਸੇ ਚੀਜ਼ ਦੀ ਮੈਨੂੰ ਥੋੜ੍ਹੇ ਨਾ ਹੁੰਦੀ। ਹਾਲੇਲੂਯਾ।
ਤੇਰੀ ਅੰਜੀਲ ਦੁੱਖਾਂ ਤੋਂ ਆਜ਼ਾਦੀ ਹੈ ਤੇਰੀ ਅੰਜੀਲ ਓ ਤੇਰੀ ਅੰਜੀਲ ਯਸੂ ਤੇਰੀ ਅੰਜੀਲ ਤੇਰੀ ਅੰਜੀਲ ਯਸੂ ਤੇਰੀ ਅੰਜੀਲ ਹਾਲੇਲੂਯਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜਲ ਸੰਤ ਮਤੇ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਹੈ ਪ੍ਰਭੂ। ਉਸਦਾ 15 ਬਾਬ 1 ਤੋਂ ਲੈ ਕੇ 5 ਆਇਤ ਅਤੇ 10 ਆਇਤ। ਤਦ ਯਰੂਸ਼ਲੇਮ ਤੋਂ ਫਰੀਸੀ ਅਤੇ ਧਰਮ ਗ੍ਰੰਥੀ ਯੇਸੂ ਕੋਲ ਆਏ ਅਤੇ ਕਿਹਾ, ਤੇਰੇ ਚੇਲੇ ਬਜ਼ੁਰਗਾਂ ਦੀ ਰਵਾਇਤ ਨੂੰ ਕਿਉਂ ਤੋੜਦੇ ਹਨ? ਕਿਉਂਕਿ ਭੋਜਨ ਕਰਨ ਵੇਲੇ ਉਹ ਆਪਣੇ ਹੱਥ ਨਹੀਂ ਧੋਂਦੇ। ਉਸਨੇ ਉਹਨਾਂ ਨੂੰ ਉੱਤਰ ਦਿੰਦਾ, ਤੁਸੀਂ ਆਪਣੀ ਰਵਾਇਤ ਦੀ ਖਾਤਰ ਖੁਦਾ ਦੀ ਆਗਿਆ ਦੀ ਉਲੰਘਣਾ ਕਿਉਂ ਕਰਦੇ ਹੋ? ਕਿਉਂਕਿ ਖੁਦਾ ਨੇ ਆਗਿਆ ਦਿੱਤੀ ਹੈ, ਆਪਣੇ ਪਿਓ ਅਤੇ ਆਪਣੀ ਮਾਂ ਦਾ ਆਦਰ ਕਰ, ਅਤੇ ਜੋ ਕੋਈ ਪਿਓ ਜਾਂ ਮਾਂ ਦੇ ਬਾਰੇ ਬੁਰਾ ਬੋਲਦਾ ਹੈ ਉਹ ਜ਼ਰੂਰ ਮਰੇਗਾ। ਪਰ ਤੁਸੀਂ ਕਹਿੰਦੇ ਹੋ, ਜੇਕਰ ਕੋਈ ਆਪਣੇ ਪਿਓ ਜਾਂ ਆਪਣੀ ਮਾਂ ਨੂੰ ਕਹਿੰਦਾ ਹੈ, ਜੋ ਕੁਛ ਤੈਨੂੰ ਮੇਰੇ ਤੋਂ ਮਿਲਣਾ ਸੀ ਉਹ ਖੁਦਾ ਨੂੰ ਚੜ੍ਹਾ ਦਿੱਤਾ ਗਿਆ ਹੈ, ਉਸ ਨੂੰ ਫਿਰ ਆਪਣੇ ਪਿਓ ਦਾ ਆਦਰ ਕਰਨ ਦੀ ਜ਼ਰੂਰਤ ਨਹੀਂ ਹੈ। ਫਿਰ ਯੇਸੂ ਨੇ ਲੋਕਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਕਿਹਾ, ਸੁਣੋ ਅਤੇ ਸਮਝੋ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਇਹ ਮਸੀਹਾ। ਮਸੀਹ ਵਿੱਚ ਪਿਆਰੇ ਭਰਾ ਤੇ ਭੈਣੋ, ਅੱਜ ਦੇ ਪਹਿਲੇ ਪਾਠ ਵਿੱਚ ਅਸੀਂ ਸੁਣਿਆ ਖੁਦਾ ਦਾ ਵਚਨ ਇਜ਼ਰਾਈਲੀ ਲੋਕਾਂ ਦੇ ਲਈ ਕਿਹਾ ਗਿਆ ਹੈ ਕਿ ਖੁਦਾ ਕਹਿੰਦਾ ਹੈ ਉਸਦੀ ਗੱਲ ਨੂੰ ਮੰਨੋ ਅਤੇ ਉਸਦੇ ਅਨੁਸਾਰ ਜੀਵਨ ਬਿਤਾਓ। ਮਸੀਹ ਵਿੱਚ ਪਿਆਰੇ ਭਰਾ ਤੇ ਭੈਣੋ, ਖੁਦਾ ਬਾਪ ਨੇ ਇਜ਼ਰਾਈਲੀ ਲੋਕਾਂ ਦੀ ਅਗਵਾਈ ਕਰਨ ਦੇ ਲਈ ਮੂਸਾ ਨਬੀ ਨੂੰ ਚੁਣਿਆ ਅਤੇ ਉਸਦੇ ਨਾਲ ਹਾਰੂਨ ਨੂੰ ਜੋ ਉਹਨਾਂ ਦਾ ਪੁਰੋਹਿਤ ਸੀ ਅਤੇ ਉਹਨਾਂ ਦੀ ਅਗਵਾਈ ਕਰਦਾ ਸੀ, ਉਹਨਾਂ ਦੇ ਲਈ ਪ੍ਰਾਰਥਨਾ ਅਤੇ ਦੁਆ ਕਰਦਾ ਸੀ। ਅਤੇ ਪਾਠ ਵਿੱਚ ਅਸੀਂ ਸੁਣਿਆ, ਵਚਨ ਵਿੱਚ ਲਿਖਿਆ ਹੈ, ਵੇਖੋ ਮੈਂ ਤੇਰੇ ਅੱਗੇ ਇੱਕ ਫਰਿਸ਼ਤਾ ਖਲਦਾ ਹਾਂ ਕਿ ਰਾਹ ਵਿੱਚ ਤੇਰੀ ਨਿਗਰਾਨੀ ਕਰੇ ਅਤੇ ਤੈਨੂੰ ਉਸ ਜਗ੍ਹਾ ਪਹੁੰਚਾ ਦੇਵੇ ਜੋ ਮੈਂ ਤਿਆਰ ਕੀਤੀ ਹੈ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਇਜ਼ਰਾਈਲੀ ਲੋਕਾਂ ਦੇ ਲਈ ਖੁਦਾ ਬਾਪ ਨੇ ਕਨਾਨ ਦੀ ਧਰਤੀ ਨੂੰ ਤਿਆਰ ਕੀਤਾ ਸੀ ਕਿ ਉਹ ਉਹਨਾਂ ਉਸ ਜਗ੍ਹਾ 'ਤੇ ਜਾ ਕੇ ਚੰਗਾ ਜੀਵਨ ਬਿਤਾਉਣ, ਸੁੱਖ ਅਤੇ ਸ਼ਾਂਤੀ ਦਾ ਜੀਵਨ ਬਿਤਾਉਣ। ਅਤੇ ਸਾਡੇ ਲਈ ਖੁਦਾ ਬਾਪ ਨੇ ਸਵਰਗ ਰਾਜ ਦੀ ਜੋ ਜਗ੍ਹਾ ਹੈ ਸਾਡੇ ਲਈ ਤਿਆਰ ਕੀਤਾ ਹੈ। ਅਤੇ ਵਚਨ ਵਿੱਚ ਲਿਖਿਆ ਹੈ, ਵਚਨ ਵਿੱਚ ਲਿਖਿਆ ਹੈ ਕਿ ਰਾਹ ਵਿੱਚ ਤੇਰੀ ਨਿਗਰਾਨੀ ਕਰੇ। ਮਸੀਹ ਵਿੱਚ ਪਿਆਰਿਓ, ਅਸੀਂ ਵਿੱਚ ਸਵਰਗ ਰਾਜ ਦੀ ਧਰਤੀ ਵਿੱਚ ਜਾਣ ਦੇ ਲਈ ਰਾਹ ਵਿੱਚ ਹਾਂ, ਉਸਦੀ ਤਿਆਰੀ ਕਰਦੇ ਹਾਂ, ਉਸ ਰਾਹ ਵਿੱਚ
ਜਾਣ ਦੇ ਲਈ ਅਗਵਾਈ ਸਾਡੇ ਫਰਿਸ਼ਤੇ ਕਰਦੇ ਹਨ। ਜਿਸ ਤਰ੍ਹਾਂ ਅੱਜ ਅਸੀਂ ਨਿਗਾਹਬਾਨ ਫਰਿਸ਼ਤਿਆਂ ਦਾ ਤਿਉਹਾਰ ਮਨਾਉਂਦੇ ਹਾਂ, ਦਿਗਾਰੀ ਮਨਾਉਂਦੇ ਹਾਂ, ਅਤੇ ਖੁਦਾ ਦੇ ਫਰਿਸ਼ਤੇ ਸਾਡੀ ਅਗਵਾਈ ਕਰਦੇ ਹਨ ਸਵਰਗ ਰਾਜ ਵਿੱਚ ਲੈ ਜਾਣ ਦੇ ਲਈ, ਅਤੇ ਇਸ ਧਰਤੀ ਵਿੱਚ ਸਾਡੇ ਲਈ ਸਾਡੀ ਜੀਵਨ ਵਿੱਚ ਰੁਕਾਵਟ ਪੈਦਾ ਕਰਨ ਦੇ ਲਈ ਬਹੁਤ ਸਾਰੇ ਇਸ ਤਰ੍ਹਾਂ ਦਾ ਬਦਰੂਹਾਂ ਹਨ, ਸ਼ੈਤਾਨ ਹਨ, ਜੋ ਸਾਡੇ ਜੀਵਨ ਨੂੰ ਗਲਤ ਰਾਹ ਵਿੱਚ ਲੈ ਕੇ ਜਾਂਦੇ ਹਨ, ਅਤੇ ਖੁਦਾ ਦੇ ਫਰਿਸ਼ਤੇ ਸਾਡੀ ਅਗਵਾਈ ਕਰਦੇ ਹਨ। ਅਤੇ ਜੋ ਲੋਕ ਖੁਦਾ ਦੇ ਫਰਿਸ਼ਤੇ ਦੇ ਅਗਵਾਈ ਵਿੱਚ ਜੀਵਨ ਬਿਤਾਉਂਦੇ ਹਨ, ਉਹੀ ਲੋਕ ਖੁਦਾ ਦੀ ਧਰਤੀ ਸਵਰਗ ਰਾਜ ਵਿੱਚ ਪਹੁੰਚਣਗੇ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੰਜੀਲ ਵਿੱਚ ਅਸੀਂ ਸੁਣਿਆ, ਵਚਨ ਵਿੱਚ ਲਿਖਿਆ ਹੈ, ਪ੍ਰਭੂ ਯਿਸੂ ਮਸੀਹ ਕਹਿੰਦਾ ਹੈ, ਤੁਸੀਂ ਬਜ਼ੁਰਗਾਂ ਦੀ ਰਵਾਇਤ ਨੂੰ ਕਿਉਂ ਤੋੜਦੇ ਹੋ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਲੋਕ ਇੱਥੋਂ ਫਰੀਸੀ ਲੋਕ ਬਜ਼ੁਰਗਾਂ ਲੋਕਾਂ ਦੀ ਜੋ ਨਿਯਮ ਅਤੇ ਕਾਨੂੰਨ ਸਨ ਉਹਨਾਂ ਨੂੰ ਤੋੜਦੇ ਸਨ ਅਤੇ ਉਹਨਾਂ ਦੇ ਅਨੁਸਾਰ ਜੀਵਨ ਨਹੀਂ ਬਿਤਾਉਂਦੇ ਸਨ, ਕਿਉਂਕਿ ਉਹ ਆਪਣੇ ਮਰਜ਼ੀ ਮੁਤਾਬਿਕ ਜੀਵਨ ਬਿਤਾਉਂਦੇ ਸਨ ਅਤੇ ਉਹ ਆਪਣੇ ਮਾਤਾ ਪਿਤਾ ਦੀ ਆਦਰ ਨਹੀਂ ਕਰਦੇ ਸਨ। ਖੁਦਾ ਚਾਹੁੰਦਾ ਹੈ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਆਗਿਆ ਦੀ ਪਾਲਣ ਕਰਨ, ਲੇਕਿਨ ਅੱਜ ਦੇ ਸਮੇਂ ਵਿੱਚ ਅਸੀਂ ਵੇਖਦੇ ਹਾਂ ਬਹੁਤ ਸਾਰੇ ਨੌਜਵਾਨ ਲੜਕੇ ਅਤੇ ਲੜਕੀਆਂ ਆਪਣੇ ਮਾਤਾ ਪਿਤਾ ਦੀ ਆਦਰ ਨਹੀਂ ਕਰਦੇ ਹਨ, ਉਹਨਾਂ ਦੀ ਆਗਿਆ ਵਿੱਚ ਜੀਵਨ ਨਹੀਂ ਬਿਤਾਉਂਦੇ ਹਨ। ਅਤੇ ਖੁਦਾ ਦਾ ਵਚਨ ਵਿੱਚ ਅਸੀਂ ਪੜ੍ਹਦੇ ਹਾਂ, ਨੀਤੀ ਵਚਨ ਵਿੱਚ ਲਿਖਿਆ ਹੈ, ਜੋ ਆਪਣੇ ਮਾਤਾ ਪਿਤਾ ਦਾ ਆਗਿਆ ਮੰਨਦੇ ਹਨ, ਉਹਨਾਂ ਦੀ ਆਦਰ ਕਰਦੇ ਹਨ, ਉਹ ਇਸ ਧਰਤੀ ਵਿੱਚ ਲੰਮੀ ਉਮਰ ਗੁਜ਼ਾਰਨਗੇ। ਮਸੀਹ ਵਿੱਚ ਪਿਆਰਿਓ, ਜੇਕਰ ਅਸੀਂ ਮਾਤਾ ਪਿਤਾ ਦਾ ਆਗਿਆ ਮੰਨਦੇ ਹਨ, ਉਹਨਾਂ ਦੀ ਆਦਰ ਕਰਦੇ ਹਨ, ਅਤੇ ਖੁਦਾ ਵੀ ਉਹਨਾਂ ਨੂੰ ਆਸਿਸ ਅਤੇ ਬਰਕਤ ਦਿੰਦਾ ਹੈ। ਇਸ ਲਈ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਬੱਚਿਆਂ ਨੂੰ ਅਤੇ ਜਿਨ੍ਹਾਂ ਦੇ ਕੋਲ ਮਾਤਾ ਪਿਤਾ ਹਨ ਉਹਨਾਂ ਨੂੰ ਉਹਨਾਂ ਦੀ ਆਦਰ ਕਰਨੀ ਚਾਹੀਦੀ ਹੈ, ਉਹਨਾਂ ਦੇ ਸਨਮਾਨ ਕਰਨਾ ਚਾਹੁੰਦਾ ਹੈ, ਉਹਨਾਂ ਦੀ ਆਗਿਆ ਵਿੱਚ ਆਪਣਾ ਜੀਵਨ ਬਿਤਾਉਣਾ ਚਾਹੁੰਦਾ ਹੈ, ਕਿਉਂਕਿ ਮਾਤਾ ਪਿਤਾ ਖੁਦਾ ਦੇ ਵਰਗਾ ਹਨ, ਅਤੇ ਖੁਦਾ ਬਾਲ ਬੱਚਿਆਂ ਦੇ ਲਈ ਮਾਤਾ ਪਿਤਾ ਨੂੰ ਦਿੰਦਾ ਹੈ, ਜੋ ਕਿ ਉਹਨਾਂ ਦੇ ਹਰ ਇੱਕ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਹਨ। ਅਤੇ ਆਜ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਸਾਡੇ ਰੂਹਾਨੀ ਜ਼ਿੰਦਗੀ ਦੇ ਲਈ ਖੁਦਾ ਬਾਪ ਨੇ ਫਰਿਸ਼ਤੇ ਨੂੰ ਭੇਜਦਾ ਹੈ ਕਿ ਉਹ ਸਾਡੀ ਅਗਵਾਈ ਕਰਨ, ਸਾਡੀ ਰੱਖਿਆ ਕਰਨ, ਅਤੇ ਜੋ ਕਿ ਫਰਿਸ਼ਤੇ ਦੇ ਮੁਤਾਬਿਕ ਜੀਵਨ ਬਿਤਾਉਂਦਾ ਹੈ ਉਹ ਸਵਰਗ ਰਾਜ ਵਿੱਚ ਦਾਖਲ ਹੋਵੇਗਾ। ਇਸ ਲਈ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਕਦੀ ਕਦੀ ਅਸੀਂ ਸੋਚਦੇ ਹਨ ਕਿ ਜੋ ਮੈਂ ਜੀਵਨ ਬਿਤਾ ਰਿਹਾ ਹਾਂ ਉਹ ਚੰਗਾ ਹੈ, ਲੇਕਿਨ ਉਹ ਚੰਗਾ ਨਹੀਂ ਹੁੰਦਾ ਹੈ, ਕਿਉਂਕਿ ਅਸੀਂ ਪਾਪ ਦਾ ਜੀਵਨ ਬਿਤਾਉਂਦੇ ਹਾਂ, ਗੁਨਾਹਗਾਰ ਹਾਂ, ਅਤੇ ਅਸੀਂ ਸਾਰਿਆਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਗਲਤ ਕੰਮ ਹੁੰਦੇ ਹਨ, ਅਤੇ ਖੁਦਾ ਦੇ ਫਰਿਸ਼ਤੇ ਨਹੀਂ ਚਾਹੁੰਦੇ ਕਿ ਅਸੀਂ ਗਲਤ ਰਾਹ ਵਿੱਚ ਜਾ ਆਪਣਾ ਜੀਵਨ ਬਿਤਾਉਣ, ਕਿਉਂਕਿ ਚੰਗਾ ਜੀਵਨ ਜੋ ਫਰਿਸ਼ਤੇ ਦਿੰਦੇ ਹਨ ਉਹ ਖੁਦਾ ਦੇ ਰਾਜ ਵਿੱਚ ਸਾਨੂੰ ਲੈ ਕੇ ਜਾਂਦੇ ਹਨ। ਇਸ ਲਈ ਅਸੀਂ ਖੁਦਾ ਤੋਂ ਇਹ ਆਸਿਸ ਅਤੇ ਬਰਕਤ ਮੰਗੀਏ ਕਿ ਅਸੀਂ ਖੁਦਾ ਦੇ ਰਾਜ ਵਿੱਚ ਦਾਖਲ ਹੋ ਸਕੀਏ। ਆਮੀਨ।
ਖੁਦਾਇਆ ਪੇੜਿਆ ਬਲੂ ਤੈਨੂੰ ਚੜਾਵਾਂ ਤੈਨੂੰ ਚੜਾਵਾਂ ਤੂੰ ਆਇਆ ਪੀੜੀਏ ਖੁਦਾਇਆ ਤੈਨੂੰ ਸੁਣਾਵਾਂ ਤੈਨੂੰ ਸੁਣਾਵਾਂ ਖੁਦਾਇਆ ਆਪਣਿਆਪ ਨੂੰ ਤੈਨੂੰ ਚੜਾਵਾਂ ਤੈਨੂੰ ਚੜਾਵਾਂ ਦੁਆ ਆਪਣੀਏ ਖੁਦਾ ਤੈਨੂੰ ਸੁਣਾਵਾਂ ਤੈਨੂੰ ਸੁਣਾਵਾਂ ਕੁਝ ਵੀ ਨਹੀਂ ਹੈ ਜੋ ਕੁਝ ਹੈ ਉਹ ਤੇਰਾ ਮੈਥੋਂ ਮੇਰਾ ਕੁਝ ਵੀ ਨਹੀਂ ਹੈ ਜੋ ਕੁਝ ਹੈ ਸੋ ਤੇਰਾ ਤੇ ਭੈਣੋ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੇ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਨਾਲੇ ਸਾਡੀ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ ਐ ਪ੍ਰਭੂ ਸਾਡੇ ਤੋਹਫਿਆਂ ਨੂੰ ਕਬੂਲ ਕਰ ਜੋ ਅਸੀਂ ਪਾਕ ਫਰਿਸ਼ਤਿਆਂ ਦੇ ਆਦਰ ਵਿੱਚ ਤੈਨੂੰ ਚੜ੍ਹਾਉਂਦੇ ਹਾਂ ਉਹਨਾਂ ਦੀ ਹਿਫਾਜ਼ਤ ਹਰ ਖਤਰੇ ਤੋਂ ਸਾਨੂੰ ਬਚਾ ਕੇ ਰੱਖੇ ਅਤੇ ਸਵਰਗ ਦੇ ਆਪਣੇ ਅਸਲੀ ਦੇਸ਼ ਵੱਲ ਖੁਸ਼ੀ ਨਾਲ ਸਾਡੀ ਅਗਵਾਈ ਕਰੇ ਸਾਡੇ ਪ੍ਰਭੂ ਮਸੀਹ ਦੇ ਰਾਹੀ ਆਮੀਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ ਇਹ ਸਹੀ ਅਤੇ ਯੋਗ ਹੈ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਅਤੇ ਕਾਲ ਖੁਦਾ ਇਹ ਸੱਚਮੁੱਚ ਸਹੀ ਅਤੇ ਯੋਗ ਹੈ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ ਤੇਰੇ ਵਫ਼ਾਦਾਰ ਫਰਿਸ਼ਤਿਆਂ ਅਤੇ ਮਹਾਂਫਰਿਸ਼ਤਿਆਂ ਦੀਆਂ ਸਿਫਤਾਂ ਕਰਦਿਆਂ ਅਸਲ ਵਿੱਚ ਅਸੀਂ ਤੇਰੀ ਹੀ ਮਹਾਨਤਾ ਅਤੇ ਮਹਿਮਾ ਦਾ ਗੁਣਗਾਨ ਕਰਦੇ ਹਾਂ ਕਿਉਂ ਜੋ ਉਹਨਾਂ ਦੀ ਇੱਜ਼ਤ ਕਰਨ ਨਾਲ ਅਸੀਂ ਤੇਰੀ ਉਹਨਾਂ ਦੇ ਸਿਰਜਣਹਾਰ ਖੁਦਾ ਦੀ ਵਡਿਆਈ ਕਰਦੇ ਹਾਂ ਫਰਿਸ਼ਤਿਆਂ ਦੀ ਸ਼ਾਨ ਅਤੇ ਜਲਵੇ ਵਿੱਚ ਤੂੰ ਸਾਨੂੰ ਆਪਣੀ ਮਹਾਨਤਾ ਵਿਖਾਉਂਦਾ ਹੈ ਜੋ ਭਲਾਈ ਵਿੱਚ ਸਾਰੀ
ਸ੍ਰਿਸ਼ਟੀ ਤੋਂ ਪਰੇ ਅਤੇ ਬੇਅੰਤ ਹੈ। ਮਸੀਹ ਸਾਡੇ ਪ੍ਰਭੂ ਦੇ ਰਾਹੀਂ ਸਾਰੇ ਫਰਿਸ਼ਤਿਆਂ ਦੇ ਲਸ਼ਕਰ ਤੇਰੇ ਬਜ਼ੁਰਗੀ ਦੇ ਜਸ਼ਨ ਮਨਾਉਂਦੇ ਹਨ, ਜਿਨ੍ਹਾਂ ਦੇ ਸਿਜਦੇ ਵਿੱਚ ਅਸੀਂ ਵੀ ਵੱਡੇ ਚਾਲ ਨਾਲ ਰਹਿੰਦੇ ਹਨ ਅਤੇ ਤੇਰੀ ਪ੍ਰਸ਼ੰਸਾ ਦੇ ਗੀਤ ਗਾਉਂਦੇ ਹੋਏ ਪੁਕਾਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉੱਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉੱਚਾਈਆਂ ਵਿੱਚ ਹੋਸਨਾ। ਅਏ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਏ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਉਹਨਾਂ ਨਜ਼ਰਿਆਨਾ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾ ਲਈ ਸੌਂਪਦੇ ਹੋਵੇ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਹੈ, ਕਹਿੰਦੇ ਹੋਵੇ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰ ਦਿਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਵੇ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਿਰਿਆ ਕਰੋ। ਇਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਵੇ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜ੍ਹਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਰਾਹੀਂ ਏਕਤਾ ਵਿੱਚ ਬੰਝੇ ਰਹੀਏ। ਅਏ ਪ੍ਰਭੂ, ਸਾਰੀ ਧਰਤੀ ਉੱਤੇ ਫੈਲੇ ਹੋਏ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਅਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਨੂੰ ਵੀ ਸਵਾਗਤ ਕਰ। ਹੇ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਤਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੋਸਫ ਦੇ ਨਾਲ, ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ,
ਅਸੀਂ ਸਦੀਵ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਆਏ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਅਸੀਂ ਸਾਰੇ ਮਿਲ ਕੇ ਖੁਦਾ ਦਾ ਰਾਜ ਆਉਣ ਲਈ ਪ੍ਰਾਰਥਨਾ ਕਰੀਏ। ਐ ਸਾਡੇ ਬਾਪ, ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਆਸਮਾਨ ਉੱਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਆ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਵੇ, ਅਸੀਂ ਯਿਸੂ ਮਸੀਹ ਸਾਡੇ ਮੁਕਤਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਹੇ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੇ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਦਾ ਅਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀ ਕਰ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲੈ ਸਦੇ ਗਏ ਹਨ। ਇਹ ਪ੍ਰਭੂ, ਮੈਂ ਸਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਇੱਕ ਸ਼ਬਦ ਦਾ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ, ਜਦੋਂ ਚੜਿਆ ਯਿਸੂ ਸਲੀਬ ਉੱਤੇ। ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ, ਜਦੋਂ ਚੜਿਆ ਯਿਸੂ ਸਲੀਬ ਉੱਤੇ। ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ, ਜਦੋਂ ਚੜਿਆ ਯਿਸੂ
ਸਲੀਬ ਉਤੇ ਜਦੋਂ ਚੜਿਆ ਯਸੂ ਸਲੀਬ ਤੇ ਜਦੋਂ ਚੜਿਆ ਯਸੂ ਸਲੀਬ ਉਤੇ ਜਦੋਂ ਚੜਿਆ ਯਸੂ ਸਲੀਬ ਤੇ ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਉਤੇ ਲਹੂ ਨਾਲ ਮਿਲੀਆਂ ਸ਼ਿਫਾਵਾਂ ਉਸ ਦੇ ਲਹੂ ਨਾਲ ਮਿਲੀਆਂ ਸ਼ਿਫਾਵਾਂ ਉਸ ਦੇ ਲਹੂ ਨਾਲ ਮੁਕੀਆਂ ਸਜਾਵਾਂ ਉਸ ਦੇ ਲਹੂ ਨਾਲ ਮੁਕੀਆਂ ਸਜਾਵਾਂ ਉਸ ਦੇ ਲਹੂ ਨਾਲ ਮੁਕੀਆਂ ਸਜਾਵਾਂ ਉਸ ਦੇ ਲਹੂ ਨਾਲ ਮੁਕੀਆਂ ਤੂੰ ਕੇ ਲਹੂ ਨਾਲ ਨਵਾਂ ਹੈ ਬਣਾ ਗਿਆ ਜਦੋਂ ਚੜਿਆ ਯਸੂ ਸਲੀਬ ਤੇ ਸਾਰੇ ਲਹੂ ਨਾਲ ਨਵਾਂ ਬਣਾ ਗਿਆ ਜਦੋਂ ਚੜਿਆ ਯਸੂ ਸਲੀਬ ਤੇ ਜਦੋਂ ਚੜਿਆ ਯਸੂ ਸਲੀਬ ਤੇ ਜਦੋਂ ਚੜਿਆ ਯਸੂ ਸਲੀਬ ਤੇ ਸਾਰੀ ਦੁਨੀਆ ਦੇ ਦੁੱਖ ਚੁੱਕ ਲੈ ਗਿਆ ਜਦੋਂ ਚੜਿਆ ਯਸੂ ਸਲੀਬ ਤੇ ਸਲੀਬ ਤੇ ਸਲੀਬ ਤੇ ਸਲੀਬ ਤੇ ਅਹੇ ਪ੍ਰਭੂ ਮੇਰੇ ਖੁਦਾ ਸਵਰਗਦੂਤਾਂ ਦੀ ਮੌਜੂਦਗੀ ਵਿੱਚ ਮੈਂ ਤੇਰੀ ਵਡਿਆਈ ਕਰਦਾ ਹਾਂ ਅਸੀਂ ਪ੍ਰਾਰਥਨਾ ਕਰੀਏ ਅਹੇ ਖੁਦਾ ਸਾਡੇ ਬਾਪ ਤੋਂ ਇਸ ਸਕਰਾਮੈਂਟ ਰਾਹੀਂ ਸਾਨੂੰ ਸਦੀਵ ਜੀਵਨ ਵਿੱਚ ਦੀ ਰੋਟੀ ਦਾ ਵਰਦਾਨ ਦਿੰਦਾ ਹੈ ਫਰਿਸ਼ਤਿਆਂ ਦੀ ਸੇਵਾ ਰਾਹੀਂ ਨਜਾਤ ਅਤੇ ਸ਼ਾਂਤੀ ਦੇ ਰਾਹ ਉੱਤੇ ਸਾਡੀ ਅਗਵਾਈ ਕਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀ ਆਮੀਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ ਆਮੀਨ ਕੁਰਬਾਨੀ ਚੜ੍ਹਾਈ ਗਈ ਸ਼ਾਂਤੀ ਨਾਲ ਜਾਵੋ ਖੁਦਾ ਦਾ ਸ਼ੁਕਰ ਹੋਵੇ ਦੁਆ ਯਾਦ ਕਰ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ ਵੇ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ ਤੇਰੀ ਮਦਦ ਚਾਹੁੰਦਿਆਂ ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ ਐ ਦੇ ਤਾਰੀ ਹੋਏ ਕਲਾਮ ਦੀ ਮਾਂ ਤੂੰ ਮੇਰੀ ਅਰਜ਼ਾ ਨੂੰ ਹਕੀਰ ਨਾ ਜਾਣ ਸਗੋਂ ਮਿਹਰਬਾਨੀ ਨਾਲ ਸੁਣ ਤੇ ਕਬੂਲ ਕਰ ਆਮੀਨ ਮਾਂ ਮਰੀਮ ਸ਼ਾਂਤੀ ਦੀ ਰਾਣੀ ਸਾਡੇ ਲਈ ਦੁਆ ਕਰ Thank you.
ਮੈਂ ਪੀੜ ਹਾਂ ਤੇਰੀ ਤੂੰ ਚਰਵਾਹਾ ਹੈ ਮੇਰਾ ਯਸੂ ਸੱਚਾ ਚਰਵਾਹਾ ਹੈ ਮੈਂ ਪੀੜ ਹਾਂ ਤੇਰੀ ਤੂੰ ਚਰਵਾਹਾ ਹੈ ਮੇਰਾ ਯਸੂ ਸੱਚਾ ਚਰਵਾਹਾ ਹੈ ਜੋ ਕਦੇ ਛੱਡ ਕੇ ਨਹੀਂ ਜਿਹੜਾ ਮੇਰੇ ਨਾਲ ਨਾਲ ਰਹਿੰਦਾ ਜੋ ਕਦੇ ਛੱਡ ਕੇ ਨਹੀਂ ਜਾਂਦਾ ਉਹ ਮੇਰੇ ਨਾਲ ਨਾਲ ਰਹਿੰਦਾ ਮੈਂ ਪੀੜ ਹਾਂ ਤੇਰੀ ਤੂੰ ਚਰਵਾਹਾ ਹੈ ਮੇਰਾ ਯਸੂ ਸੱਚਾ ਚਰਵਾਹਾ ਹੈ ਮੈਂ ਪੀੜ ਹਾਂ ਤੇਰੀ ਤੂੰ ਚਰਵਾਹਾ ਹੈ ਮੇਰਾ ਯਸੂ ਸੱਚਾ ਚਰਵਾਹਾ ਹੈ ਅੱਖ ਚੁੱਕ ਕੇ ਮੈਨੂੰ ਵੈਰੀ ਨਹੀਂ ਉਹ ਵੇਖਦੇ ਉਹਨਾਂ ਨੂੰ ਯਸੂ ਤੇਰਾ ਹੀ ਡਰਾਵਾ ਹੈ ਮੈਂ ਪੀੜ ਹਾਂ ਤੇਰੀ ਤੂੰ ਚਰਵਾਹਾ ਹੈ ਮੇਰਾ ਯਸੂ ਸੱਚਾ ਚਰਵਾਹਾ ਹੈ ਮੈਂ ਪੀੜ ਹਾਂ ਤੇਰੀ ਤੂੰ ਚਰਵਾਹਾ ਸੱਚਾ ਚਰਵਾਹਾ ਹੈ ਮੇਰਾ ਯਸੂ ਸੱਚਾ ਚਰਵਾਹਾ